ਗੁੱਡ ਮਾਰਨਿੰਗ। ਠੰਡ ਦੇ ਦਿਨ ਆ ਗਏ, ਕਹਿ ਦਿੰਦੇ ਹੱਥ ਏਦਾਂ ਹੁੰਦੇ ਨਾ ਜਾਂ ਫਰਿੱਜ ਚੋਂ ਬਰਫ਼ ਗੜਾ ਕੱਢਿਆ ਹੁੰਦਾ, ਕਹਿੰਦੇ ਘੁੰਮ ਘੁਮਾ ਕੇ ਜੇ ਮੇਰੇ ਹੁਣ ਮੂੰਹ ਤੇ ਹੁਣ ਤੇਰਾ ਹੱਥ ਲੱਗ ਗਿਆ ਠੰਡਾ ਠੰਡਾ, ਤੈਨੂੰ ਮੈਂ ਦੱਸੀ ਜਾਂਦਾ ਕਹਿਣ, ਜਾਂ ਫਿਰ ਤੈਨੂੰ ਪਤਾ ਹੀ ਆ ਫਿਰ ਤੈਨੂੰ ਮੇਰਾ। ਮੈਂ ਹਟ ਜਾ, ਆ ਬੜ, ਉਹ ਨਹੀਂ ਲਾਉਣਾ, ਨਹੀਂ ਉਹ ਲਾਉਣਾ, ਨਹੀਂ ਲਾਉਣਾ, ਨਹੀਂ ਲਾ ਲਿਆ ਬਸ ਫੜ ਕੇ ਲਾ ਦੂੰਗੀ। ਕੀ ਗੱਲ, ਤੂੰ ਠਹਿ ਕੇ ਲਾ, ਆ ਫੜ, ਤੁਸੀਂ ਕਿੱਟ ਫੜ, ਕਿੱਟ ਦਾ ਫੜ, ਆਪਣੀ ਵਾਰੀ ਪਹਿਲੇ ਜੀ। ਹਾਂਜੀ, ਕੀ ਹਾਲ ਚਾਲ ਆ ਪ੍ਰਧਾਨ, ਤੇ ਹੋਰ ਸੁਣਾਓ ਸਭ ਠੀਕ ਠਾਕ। ਹੈਲੋ, ਕੀ ਹਾਲ ਚਾਲ ਆ ਪ੍ਰਧਾਨ, ਠੀਕ ਨੀ, ਕੀ ਹੋਇਆ? ਉੱਦਾਂ ਹੀ, ਓਹੋ ਠੰਡ ਹੋ ਗਈ ਨਾ, ਚਲੋ ਸਹੀ ਆ, ਤੇ ਬਾਕੀ ਠੰਡ ਹੋਈ ਹੋਗਾ ਕਾਫੀ, ਕਪਤਾਨ ਧੁੱਪੇ ਬੰਨ ਦਿੱਤਾ ਤੇ ਯਾਰ ਹੁਣੀ ਚੱਲੇ ਸ਼ਹਿਰ ਨੂੰ, ਮੰਮੀ ਹੁਣੀ ਅੰਦਰ ਹੀ ਆ, ਇੱਕ ਮੰਮੀ ਹੁਣੀ ਮਿਲਿਆ ਵਾ, ਤੇ ਕਾਫੀ ਜਣੇ ਦੇ ਕਮੈਂਟ ਆਏ ਸੀ ਪਿਛਲੇ ਵਲੌਗ 'ਤੇ ਜਿਹੜਾ ਡੋਗ ਵਾਲਾ ਪਾਇਆ ਸੀ, ਸੋ ਸਾਰਿਆਂ ਨੇ ਆਪਣਾ ਦੱਸਿਆ ਵੀ ਇੱਦਾਂ ਉੱਦਾਂ, ਥੈਂਕ ਯੂ ਸੋ ਮਚ ਯਾਰ, ਕਾਫੀ ਜਣੇ ਉਹ ਚੀਜ਼ ਦੇਖ ਕੇ ਕਮੈਂਟ ਪੜ੍ਹ ਕੇ ਪਤਾ ਲੱਗਦਾ ਵੀ ਬਹੁਤ ਜਣੇ ਹੈਲਪ ਵਾਲੇ ਵੀ ਹੈਗੇ ਆ। ਚਲੋ ਅੱਜ ਨੀ ਹਾਈ ਚ ਦੇਖ, ਚਲ ਡੈਡੀ ਨੂੰ ਪਤਾ ਜੀ ਖਾ ਲਾ, ਨਾ ਨਾ ਡੈਡੀ, ਚੰਗਾ ਮੈਂ ਕੂੜੇ ਡੈਡੀ ਬਹਿ ਕੇ ਰੋਟੀ ਖਾਈ ਜਾਂਦਾ, ਚਲ ਡੈਡੀ ਚੰਗਾ, ਓਕੇ ਬਾਏ। ਚਲ ਬੱਸ ਕਰ ਹੁਣ, ਸਾਰੀਆਂ ਰੋਟੀਆਂ ਖਾ ਜਾਣੀਆਂ, ਚਲੋ ਚਲੀਏ ਤੇ ਹੁਣ, ਬਾਕੀ ਪਹਿਲਾਂ ਸ਼ਹਿਰ ਜਾ ਕੇ ਇੱਕ ਦੋ ਕੰਮ ਨਿਬੇੜ ਲਈਏ, ਅਤੇ ਫਿਰ ਅੱਜ ਸਿਰਫ ਕਾਰਡ ਦਾ ਕੰਮ ਵੀ ਇੱਕ ਆਪਾਂ ਕਰਕੇ ਆਉਣਾ ਜ਼ਰੂਰੀ, ਜਿਹੜੇ ਕਾਰਡ ਮੈਰਿਜ ਵਾਲੇ ਆ ਉਹ ਦੇਖ ਕੇ ਆਉਣੇ ਆ ਅਤੇ ਬਣਨੇ ਦੇ ਆ, ਚਲੀਏ ਭੁੱਖੀ ਜੀ ਜੀ। ਪਹਿਲਾਂ ਗੱਡੀ ਪਾਰਕ ਕਰ ਦਿੱਤੀ ਆ, ਅਤੇ ਪਹਿਲਾਂ ਸਭ ਤੋਂ ਚੱਲੇ ਹੈਗੇ ਹਾਂ ਆਪਾਂ ਕਾਰਡ ਦੇਖਣ ਵੀ ਕਿੱਦਾਂ ਦਾ ਕਾਰਡ ਆਪਾਂ ਲੈਣਾ ਆ, ਅਤੇ ਵਿਆਹ ਲਈ ਕਿੰਨੇ ਕਾਰਡ ਆ, ਕੀ ਹਿਸਾਬ ਕਿਤਾਬ ਉਹ ਦੇਖਦੇ ਹਾਂ ਜਾ ਕੇ, ਉੱਥੇ ਪਤਾ ਲੱਗੂਗਾ। ਚਲੋ ਵਿਆਹ ਨੇੜੇ ਆ ਗਿਆ ਵੀ, ਨੇੜੇ ਬਣਦੇ ਹੁੰਦੇ ਸਾਰੇ, ਪਹਿਲਾਂ ਥੋੜ੍ਹਾ ਕੁਝ ਦਿੰਦਾ ਨਹੀਂ ਛੇਤੀ। ਕਿੰਨੇ ਤੇ ਪਹਿਲੇ ਪੀ ਐਸ ਲਿਖਿਆ ਹੋਇਆ, ਪਵਨਦੀਪ ਸਿੰਘ, ਚਲੋ ਸੋਹਣਾ ਕਾਰਡ ਆ ਵੀ, ਕਾਰਡ ਆ ਗਿਆ ਕਾਰਡ ਸਾਰੇ ਹੀ, ਅੱਛਾ ਪਿੰਗਾ ਫੜੀ ਜਾਂਦਾ ਸਿੱਧਾ ਇੱਧਰ ਨੂੰ, ਵਿੱਚੋਂ ਖੋਲਦਾ ਦਿਖਾਈ, ਇਹ ਵੀ ਸੋਹਣਾ ਆ, ਸਾਰੇ ਸੋਹਣੇ ਆ ਉਦੋਂ ਤਾਂ। ਆ ਕੀ ਆ ਪੱਖਾ, ਜਿੱਦਾਂ ਦਾ ਉਹਦਾ ਡੱਬੇ ਦੇ ਉੱਤੇ ਆ ਉਦਾਂ ਦਾ ਕਾਰਡ ਨਹੀਂ ਹੈ, ਜਿਹੜਾ ਮੁੰਡਾ ਕੁੜੀ ਬਣੇ ਹੁੰਦੇ ਇਹ ਵਾਲਾ ਪੈਕ ਦਿਖਾਈ, ਦਿਖਾਓ ਦਿਖਾਓ, ਕਾਰਡ ਹੀ ਕਾਰਡ ਬਹੁਤ ਕਾਰਡ ਆ, ਨਾਲੇ ਅੰਦਰ ਰੇਟ ਰੂਟ ਪੁੱਛ ਲਿਓ ਕੀ ਹਿਸਾਬ ਕਿਤਾਬ, ਇੱਕਾ ਸਾਈਡ ਤੇ ਰੱਖ ਲੈ ਵੀ, ਤੇ ਆਹ ਵੀ ਦੇਖ ਲਓ ਕਲਾਸੀ ਜਿਹਾ ਲੱਗਦਾ ਆਹ, ਆਹ ਦੇ ਆਹ ਦੇ ਆਹ ਦੇ, ਮੈਂ ਤੇ ਦਲਬੀਰ ਪੱਗ ਬੰਨੀ ਹੁੰਦਾ ਸੋਹਣਾ ਜੀ। ਨਹੀਂ ਇਹ ਨਹੀਂ ਲੈਣਾ ਆਪਾਂ, ਪਤਾ ਕਿੱਦਾਂ ਲੋਕ ਸਿੱਟ ਦਿੰਦੇ ਆ ਬਾਅਦ ਵਿੱਚ,
ਇਹ ਕਾਰਡ ਇੱਦਾਂ ਦਾ ਲਓ ਜਿਹੜੀ ਚੀਜ਼ ਮਤਲਬ ਹੋਵੇ ਠੀਕ ਹੋਵੇ। ਆ ਵੀ ਸੋਹਣਾ ਆ, ਦੋ ਸੋਹਣੇ ਆ ਇਹ। ਇਹਨਾਂ ਦਾ ਕੀ ਪ੍ਰਾਈਸ ਪ੍ਰੂਈਸ ਆ? 25 ਰੁਪਏ ਪੈਂਦਾ ਆਹ ਚਿੱਠੀ। ਅੱਛਾ ਵੋਲਿਊਮ ਵੀ ਆ। ਵਾਹ ਆਹ ਵੀ ਸੋਹਣਾ ਬਹੁਤ ਆ, ਵੱਖਰਾ ਹੀ ਡਿਜ਼ਾਈਨ ਆ। ਰਹਿਣ ਦੇ ਰਹਿਣ ਦੇ, ਨਾ ਖੁੱਲੀ ਰਹਿਣ ਦੇ। ਚਲੋ ਦੇਖਦੇ ਕੀ ਬਣਦਾ। ਇੱਦਾਂ ਕਰਕੇ ਦਿਖਾਈ ਲਓ ਵੀ ਸਾ ਚਿੱਠੀ ਵੀ ਨਾਲ ਨਾਲ ਦੇਖ ਲਈ ਆਪਾਂ ਸੁਣੇ ਆ। ਤੂੰ ਮਗਰੇ ਲੱਗ ਜਾਏਗਾ ਜੋ ਕਹਿ ਦਿੰਦੀ ਆ। ਚਲੋ ਹੋਰ ਵੀ ਇੱਕ ਦੇਖ ਲੈਂਦੇ, ਇੱਟੀ ਸੋਹਣੀ ਆ ਹੈਗਾ ਇਹ ਚ ਵੀ ਮਿਊਜ਼ਿਕ। ਅੱਛਾ ਉਹਦੇ ਵਿੱਚ ਉਹ ਉਹ ਨਹੀਂ ਹੈਗੀ ਜਿਹੜੀ ਉਹਦੇ ਵਿੱਚ ਸੀਗੀ, ਖੋਲ੍ਹਣੇ ਵਾਲਾ, ਉਹਦੇ ਕਰਕੇ ਰੇਟ ਥੋੜ੍ਹਾ ਫਰਕ ਆ। ਉਹ 'ਚ 4 ਆ। ਚਲੋ ਇਹ 'ਚ ਪਾ ਕੇ ਵੀ ਦਊਂਗੇ ਕੁਛ ਖਾਲੀ ਹੁੰਦੀ, ਪਾਉਣਾ ਆਪਣਾ ਹੁੰਦਾ। ਚਲੋ ਸੋਹਣੀ ਆ ਵੀ, ਦੇਖਦੇ ਹਾਂ ਕਿਹੜੀ ਹੁੰਦੀ ਸਿਲੈਕਟ। ਲਓ ਅਤੇ ਕਾਰਡ ਦੇਖ ਲਿਆ, ਸਿਲੈਕਟ ਹੋ ਗਿਆ ਸਾਹਾ ਚਿੱਠੀ ਵੀ, ਅਤੇ ਬਾਕੀ ਮੰਮੀ ਨੂੰ ਜਾ ਕੇ ਦਿਖਾਉਣਾ, ਅਤੇ ਉਸ ਤੋਂ ਬਾਅਦ ਡਨ ਕਰ ਲੂ ਆਪਾਂ ਕਰਕੇ ਜਾਣਾ ਸੀ। ਟਾਈਮ ਥੋੜ੍ਹਾ ਆ, ਕੰਮ ਆਪਣੇ ਕੋਈ ਜ਼ਿਆਦਾ ਆ। ਚਲੋ ਬਹੁਤ ਟਾਈਮ ਬਾਅਦ ਇੱਧਰ ਜੂਸ ਪੀਣ ਆਏ ਸੀ ਉਹ ਮੁੰਡੇ ਕੋਲ, ਕਹਿੰਦਾ ਜਗ੍ਹਾ ਦੇ ਕੋਈ ਨਹੀਂ ਗਾ ਆਪਣੇ ਬੰਗਾ ਰੋਡ 'ਤੇ। ਕੀ ਕਹਿੰਦਾ? ਕਹਿੰਦਾ ਕਿ ਇੰਸਟਾਗ੍ਰਾਮ ਕਿੰਗ। ਕਹਿੰਦਾ ਇੰਸਟਾਗ੍ਰਾਮ ਕਿੰਗ, ਇਹਨੂੰ ਹੁਣ ਪਤਾ ਲੱਗਾ ਆਪਣੇ ਇੰਸਟਾਗ੍ਰਾਮ 'ਤੇ ਵੀਡੀਓ ਬਣੀ। ਹੁਣ ਵੇਖਣ ਲੱਗਾ ਨਾ ਹਰੇਕ ਕੋਈ, ਪਹਿਲਾਂ ਜਿਹਨੂੰ ਜੱਗੇ ਆਪਾਂ ਕੋਈ ਜੂਸ ਪੀਣਾ ਸੀ ਉਹਨੂੰ ਪਤਾ ਨਹੀਂ ਸੀਗਾ, ਇੱਦਾਂ ਉੱਦਾਂ ਜਾਣਦਾ ਸੀ, ਮਤਲਬ ਹੁਣ ਇਹਨੂੰ ਪਤਾ ਲੱਗਿਆ ਵੀ ਇੰਸਟਾਗ੍ਰਾਮ 'ਤੇ ਹੀ ਪਾਉਣ ਲੱਗ ਗਏ ਇੱਦਾਂ। ਚਲੋ ਸਹੀ ਆ, ਅਤੇ ਬਾਕੀ ਹੁਣ ਜੂਜਾ ਪੀ ਕੇ ਬੁਟੀਕ 'ਤੇ ਜਾ ਕੇ ਅਤੇ ਫਿਰ ਚੱਲੀਏ ਘਰ ਕੋ, ਕਿਉਂਕਿ ਦੀਦੀ ਕਹਿੰਦੀ ਮੈਨੂੰ ਰੈਸਟ ਦੀ ਲੋੜ ਅੱਜ, ਸੌਣਾ ਘਰ ਜਾ ਕੇ। ਅਤੇ ਕਿਰਨ ਨੇ ਕੀ ਕਰਾਉਣਾ ਅੱਜ? ਬੋਟੌਕਸ। ਬੋਟੌਕਸ, ਮੈਂ ਡੀਟੌਕਸ ਕਹਿਣ ਲੱਗਾ ਸੀ। ਬੋਟੌਕਸ ਹੁਣ ਤੂੰ ਪੀਨੀ ਕਹਿੰਦਾ ਪਾਈਨਐਪਲ ਜੂਸ, ਅਸੀਂ ਆ ਮਿਕਸ ਪੀਂਦੇ ਹਾਂ, ਅਤੇ ਤੂੰ ਔਰੇਂਜ ਪੀਂਦੀ ਅਸੀਂ ਮਿਕਸ ਪੀਂਦੇ, ਕਿੰਨਾ ਫਰਕ ਆ। ਚਲੋ ਸਹੀ ਆ, ਬੁਟੀਕ ਆਏ ਹੋਏ ਸੀ ਕਾਰਡਾਂ ਦਾ ਕੰਮ ਕਰਕੇ, ਅਤੇ ਮੈਂ ਆਪਾਂ ਹੁਣ ਬੁਟੀਕ ਆ ਗਏ ਸੀ, ਅਤੇ ਹੁਣ ਆਪਾਂ ਇੱਧਰੋਂ ਵੀ ਚੱਲੇ ਥੋੜ੍ਹੇ ਟਾਈਮ ਬਹਿ ਕੇ, ਕੋਈ ਕੰਮ ਬਹੁਤ ਆ ਹੁਣ ਬੁਟੀਕ 'ਤੇ, ਘਾਟਾ ਹੁੰਦਾ ਸਾਡੇ ਕੋਲ ਥੋੜ੍ਹਾ ਜਿਹਾ। ਚੱਲ ਆਇਆ ਬਈ ਸ਼ੇਰਾ, ਚੱਲੀ ਡੈਡੀ ਕੋਲ ਨੂੰ। ਸਾਰੇ ਜਾਣੇ ਕੌਣ? ਸਾਰੇ ਡੈਡੀ ਨਾਲ ਲੜਦੇ ਕਹਿੰਦੇ ਸਾਰੇ ਜਾਣੇ। ਡੈਡੀ ਤੇਰੇ ਨਾਲ ਲੜਦੇ ਆ ਅਸੀਂ, ਕਿੱਥੇ ਦੂਜੇ ਮੋਰ ਨੀ ਲਾਤੇ? ਕਹਿੰਦਾ ਮੋਰ ਲਾਤੇ, ਉਹ ਬੰਨ ਕੇ ਰੱਖਣਾ ਹੋ ਜਾਂਦਾ, ਕਈ ਵਾਰੀ ਪੇਟੀ ਬੂਟੀ ਵੀ ਲਵਾ ਲੈਂਦਾ ਅੰਦਰ। ਓਏ ਚੁੱਪ ਕਰ, ਲੈ ਕੇ ਜਾਣਾ ਕੋਈ ਨੀ। ਤੇ ਇੱਦਾਂ ਆ ਕਿ ਹੁਣ ਘਰੇ ਆ ਗਏ ਆ, ਤੇ ਹੁਣ ਰੋਟੀ ਪਾਣੀ ਖਾ ਲਈਏ, ਤੇ ਫਿਰ ਕਰਦਾ ਬਾਕੀ ਕੰਟੀਨਿਊ। ਜਲਦੀ ਰਿਹਾ ਕਹਿੰਦੀ, ਬਸ ਮਿੰਟ ਹੀ ਲਾਈ ਦੋ। ਚਲੋ ਸਹੀ ਆ, ਰੋਟੀ ਖਾ ਲਵਾਂ। ਓਹੋ ਵਾਹ, ਸ਼ੁਕਰ ਕਰੋ ਮੰਜੀ ਟੁੱਟ ਗਈ ਆ, ਕਹਿੰਦਾ ਮੰਮੀ ਮੰਜੀ ਨੀ ਛੱਡਦੀ ਸੀ। ਨੁਕਸਾਨ ਹੋ ਗਿਆ ਮੰਮੀ ਹੈ। ਚਲੋ ਹੁਣ ਪਹਿਲਾਂ ਰੋਟੀ ਲਿਆ ਜਾ, ਰੋਟੀ ਖਾ ਕੇ ਫਿਰ ਨਿਕਲੀਏ, ਤੇ ਫਿਰ ਕਰਦਾ ਵਲੌਗ ਕੰਟੀਨਿਊ ਨਾਲ।
ਪੂਰੇ 3 ਵਜੇ ਮੈਂ ਕਰਨ ਨੂੰ ਕਿਹਾ ਸੀ ਆਪਾਂ ਨਿਕਲਣਾ ਆ, ਪੂਰੇ 3 ਵੱਜ ਗਏ। ਇੱਦਾਂ ਆ ਜਵਾਨ ਦੇ ਇੰਨੇ ਕੁ ਪੱਕੇ ਆ ਵੀ ਗੱਲੇ ਹੀ ਛੱਡ ਦਿਓ। ਤੁਹਾਨੂੰ ਮੈਂ ਪਛਾਉਣਾ ਦੇਖਿਆ ਕਹਿੰਦਾ ਕਿੰਨੇ ਵਜੇ, ਤੁਹਾਨੂੰ ਕਹਿੰਦੇ ਕਿਹਾ ਸੀ ਮੈਂ, ਹੁਣ ਕਹਿ ਰਹਿੰਦਾ ਇੱਥੇ ਜੇ 1 ਮਿੰਟ ਹੋ ਗਿਆ ਤੇ ਕਹਿੰਦਾ 3 ਵਜੇ 1 ਮਿੰਟ ਹੋ ਗਿਆ, ਤੂੰ 3 ਵਜੇ ਕਹੀ ਦੇਖੀ। ਉਹ ਆ ਜਾ ਛੇਤੀ, ਗੇਟੇ ਲਾਈ ਜਾਂਦੀ ਆ ਹੈ ਕਰਨ। ਤੈਨੂੰ 3 ਵਜੇ ਕਹੀ ਮੈਂ ਜਾਣਾ ਆਪਾਂ, ਚੱਲ ਉਲਟਾ ਘੁੰਮ ਜਾ ਹੁਣ, ਚਲੋ ਸਹੀ ਆ ਚੱਲੀਏ। ਹੁਣ ਅਸੀਂ ਪਹੁੰਚ ਗਏ ਨਵਾਂ ਸ਼ਹਿਰ। ਲੈ ਆ ਕੀ ਹੈ ਲਾ ਕੀ, ਹੁਣ ਆਪਣੀ ਵੀਡੀਓ ਐਕਸਪੋਰਟ ਹੋ ਰਹੀ ਆ ਵਲੌਗ ਅੱਜ ਦਾ, ਸੋ ਆਪਾਂ ਤਾਂ ਕਰਕੇ ਵੇਟ ਕਰਦੇ ਸੀ ਏਦਾਂ। ਠੰਡ ਬਹੁਤ ਆ, ਆ ਠੰਡ ਜ਼ਿਆਦੀ ਆ, ਸਹੀ ਗੱਲ ਹੈ। ਤੇ ਅੰਕਲ ਕਹਿੰਦੇ ਮੈਂ ਜਾਣਾ ਇੱਧਰ ਨੂੰ, ਕੋਈ ਗੱਲ ਨਹੀਂ ਅੰਕਲ, ਹੋਲਡ ਔਨ। ਬੱਚੇ ਆਏ ਸਕੂਲ ਤੋਂ, ਚਲੋ ਥੋੜ੍ਹੀ ਜਿਹੀ ਰਹਿ ਗਈ ਵੀਡੀਓ ਸਪੋਰਟ ਹੁਣ ਇੰਨੀ ਕੁ, ਫਿਰ ਅਸੀਂ ਚੱਲੀਏ। ਤੈਨੂੰ ਅਪੁਆਇੰਟਮੈਂਟ ਮਿਲ ਗਈ? ਉਹ ਆਪਣੀ ਅਪੁਆਇੰਟਮੈਂਟ ਹੈ ਹੁੰਦੀ ਆ, ਕਿਉਂਕਿ ਆਪਣਾ ਤਾਂ ਘਰ ਦਾ ਸਲੋਨ ਆ, ਆਪਣੇ ਦਾ ਆਪਣੇ ਘਰ ਦੀ ਗੱਲਬਾਤ ਆ ਸਾਰੀ। ਸਹੀ ਆ, ਯੇ ਹਮ ਕਿਆ ਬਨ ਗਏ। ਅੱਜ ਅਸੀਂ ਕਰਾਉਣ ਲੱਗੇ ਹਾਂ ਬੋਟੌਕਸ, ਬੋਟੌਕਸ ਪਰ ਆ ਕੀ ਗਿੰਦੇ ਦੀ, ਇਹ ਜ਼ਰੂਰੀ ਹੁੰਦਾ ਆ ਸਿਰ ਤੇ ਲਫਾਫਾ ਬੰਨਣਾ? ਕਿਉਂ, ਇਹਨਾਂ ਹੀਟ ਪ੍ਰੋਡਿਊਸ ਹੁੰਦੀ ਨਾ, ਅਸ਼ਾ ਇਹਨਾਂ ਜ਼ਿਆਦਾ ਸੋਹਣੇ ਹੋ ਜਾਂਦੇ ਵਾਲ, ਮਰਜ ਹੋ ਜਾਣਾ ਨਾ ਪ੍ਰੋਡਕਟ ਸਾਰਾ ਵਿੱਚ। ਚਲੋ ਦੇਖਦੇ ਹਾਂ ਕੀ ਬਣਦਾ ਆ, ਮੈਂ ਕਿੱਦਾਂ ਦੀ ਲੱਗਦੀ ਭੂਤ ਜਿਹਾ। ਮੇਰੇ ਵਾਲਾਂ ਦਾ ਕਲਰ ਹੀ ਚੇਂਜ ਕਰਦਾ, ਜੇ ਤੁਸੀਂ ਕਲਰ ਕੀਤਾ? ਹਾਂਜੀ, ਜਾਦੂ ਨਾਲ ਚੇਂਜ, ਬੋਟੌਕਸ ਦੇ ਨਾਲ ਨਾ ਜਿਹੜਾ ਆਪਾਂ ਕਲਰ ਹੁੰਦਾ ਹੋਇਆ ਆਪਣਾ ਉਹ ਲਾਈਟ ਹੋ ਜਾਂਦਾ ਕਹਿੰਦੇ, ਪਰ ਬਹੁਤ ਸੋਹਣਾ ਲੱਗਦਾ। ਇਹ ਉਹ ਕਲਰ ਹੋ ਗਿਆ ਜਿਹੜਾ ਮੈਂ ਅੱਗੇ ਮੰਗਦੀ ਹੁੰਦੀ ਸੀ ਨਾ, ਐਸ਼। ਬਸ ਹੁਣ ਵਾਸ਼ ਕਰਨਾ ਤੇ ਉਸ ਤੋਂ ਬਾਅਦ 'ਚ, ਹੁਣ ਇਸ ਤੋਂ ਬਾਅਦ 'ਚ ਵਾਸ਼ ਕਰਨਾ ਤੇ ਫਿਰ ਫ੍ਰੀ ਡਾਈਟ ਕਰਦੇ। ਇਹ ਬਹੁਤ ਖਰਾਬ ਚੀਜ਼ ਆ, ਇਹ ਮੈਨੂੰ ਆ ਰਹੇ ਮੈਨੂੰ ਡਾਈਟ ਕਰਾ ਰਹੇ, ਪਰ ਇਹ ਮੈਂ ਮੰਗਾਈਆਂ, ਅਸੀਂ ਸ਼ੇਕ ਮੰਗਾਇਆ ਨਾਲ ਉਹਨੇ ਸਟਰੋ ਭੇਜਿਆ ਹੀ ਨਹੀਂ। ਕਦੇ ਕਦੇ ਕਰ ਲੈਣੀ ਚਾਹੀਦੀ ਡਾਈਟ ਤੁਹਾਨੂੰ। ਬਰਗਰ ਵੀ ਸੀਗਾ, ਫਿਰ ਬਰਗਰ ਹੁਣ ਮੈਂ ਨਾਲ ਲੈ ਜਾਣਾ, ਕਿਉਂ ਮੈਨੂੰ ਘਰ ਜਾ ਭੁੱਖ ਲੱਗਣੀ ਆ। ਡਾਈਟ ਤਾਂ ਪੂਰੀ ਚੱਲਦੀ, ਡਾਈਟ ਤਾਂ ਪੂਰੀ ਕਹਿੰਦੇ, ਪੂਰੀ ਫੁੱਲ ਕਹਿੰਦੇ, ਕੁੜੀਆਂ ਹੱਥ ਕਰਾਉਣੀਆਂ ਪੂਰੀਆਂ ਐਨ, ਖਾ ਖਾ ਆਲੂ ਸਵੇਰ ਨੂੰ ਜਿਮ ਚਲ ਜਾਂਦੀਆਂ, ਕਦੇ ਵੀ ਨਹੀਂ ਦੇਖ ਲਿਆ ਉਹ ਤਾਂ ਮੈਂ, ਆਹ ਤਾਂ ਕਦੇ ਵੀ ਨਹੀਂ ਸਵੇਰ ਨੂੰ, ਪਤਾ ਜਾ ਕੇ ਜਿਮ ਕੀ ਕਹਿੰਦੀ ਆ ਸਵੇਰ ਨੂੰ, ਮੈਨੇ ਯਾਰ ਆਹ ਦੇਖੀਂ ਇੱਥੋਂ ਇਹ ਕਿੱਦਾਂ ਕੱਟੂਗਾ, ਤੈਨੂੰ ਤਾਂ ਪਤਾ ਹੋਣਾ ਹੈ ਨਾ ਇਹ ਕਿੱਦਾਂ, ਮਤਲਬ ਪਤਾ ਨਹੀਂ ਯਾਰ ਭਾਜੀ ਕਹਿੰਦੇ ਇਹ ਤਾਂ ਸਾਰੀ ਫੈਟ ਇੱਥੇ ਇਕੱਠੀ ਨਹੀਂ ਹੁੰਦੀ, ਇੱਦਾਂ ਇੱਦਾਂ ਹੈ ਕਿੱਦਾਂ ਸ਼ੇਕ ਪੀਣਾ ਪੈਣਾ ਉਹਦੇ ਲਈ, ਇੱਕ ਤੁਹਾਨੂੰ ਰੋਜ਼ ਫਰੈਂਚ ਫਰਾਈਜ਼ ਖਾਣੀਆਂ ਪੈਣੀਆਂ ਹਨ ਰੋਜ਼ ਕਦੋਂ ਖਾਣੀਆਂ, ਹੋਰ ਬਾਏ ਤੇ ਉਹਦੇ ਕਰਕੇ ਆ ਫਿਰ ਥੋੜੀ ਜਾਇਓ, ਬਹੁਤ ਵਧੀਆ ਕੀਤਾ, ਓਕੇ ਬਾਈ ਤੇ ਇੱਦਾਂ ਆ। ਤੁਸੀਂ ਵੀ ਨਾ ਰਲੇ ਹੋ ਨਾ, ਨਾ ਮੈਂ ਤਾਂ ਖਾ ਪੀ ਆਇਆ, ਮੈਂ ਚਾਹ ਪੀ ਆਇਆ, ਬੋਟੌਕਸ ਤਾਂ ਬਣਾ ਲੇ ਬੰਨੀ। ਓ ਹੋ ਹੋ ਬੋਟੌਕਸ ਕਰਾ ਲਈ ਕੁੜੀ ਨੇ, ਇਹ ਕੀ ਨਾ ਮੈਂ ਡੀਟੌਕਸ ਕਹਿ ਹੀ ਜਾਂਦਾ ਕੱਲ ਦਾ, ਮੈਂ ਕਿਹਾ ਵਾਲਾਂ ਨੂੰ ਵੀ ਡੀਟੌਕਸ ਹੋ ਜਾਂਦੀ ਆ, ਵਾਹ ਇਹਦੇ ਨਾਲ ਕੀ ਫਾਇਦਾ ਹੋਣਾ, ਸਮੂਥਨਿੰਗ ਦੀ ਲੋੜ ਨਹੀਂ ਇਹਨੂੰ ਕੁਛ ਵੀ, ਇਹਨਾਂ ਸਮੂਥ ਹੋ ਜਾਣੇ ਵਾਲ, ਮਤਲਬ ਹੁਣ ਕੁਛ ਵੀ ਰਿਬੌਂਡਿੰਗ ਦੀ ਲੋੜ ਨਹੀਂ ਇਹਨਾਂ ਪੈਂਦੀ, ਕਹਿੰਦੇ ਨਹੀਂ ਮੈਨ ਲੱਗਾ ਸੀ ਸਹੀ ਹੈ, ਮਤਲਬ ਵਧੀਆ ਹੁੰਦਾ ਇਹਦੇ ਨੈਚੁਰਲ ਸਟੇਟ ਹੋ ਜਾਂਦਾ, ਵਧੀਆ ਹੈ ਹੁਣ ਪਰਮਨੈਂਟ ਆ, 8-9 ਮਹੀਨੇ ਵਧੀਆ ਰਿਜ਼ਲਟ ਬਸ, ਠੀਕ ਆ ਵਧੀਆ, ਚਲੋ 8-9 ਮਹੀਨੇ ਤਾਂ ਜਾਨ ਛੁੱਟੂਗੀ ਹੁਣ ਇਹਦੀ, ਨਹੀਂ ਤਾਂ ਤੀਕ ਦਿਨ ਕਹਿ ਦਿੰਦੀ ਮੈਂ ਆਹ ਕਰਾਉਣਾ ਮੈਂ ਉਹ ਕਰਨਾ।
8 9 ਮਹੀਨੇ ਹੋਮ ਕੇ ਵਧੀਆ ਯੂਜ਼ ਕਰੀ ਜੋ ਤੈਨੂੰ ਵਧੀਆ ਰਹਿੰਦਾ ਰਿਜ਼ਲਟ ਹਾਂ ਮਤਲਬ ਉਹ ਤਾਂ ਤੁਹਾਡੇ ਤੇ ਡਿਪੈਂਡ ਆ 8 9 ਮਹੀਨੇ ਬਹੁਤ ਸੋਹਣਾ ਆ ਥੈਂਕ ਯੂ ਤੁਸੀਂ ਮੇਰੇ ਘਰ ਵਾਲੀ ਦੇ ਵਾਲ ਕਰ ਦਿੱਤੇ ਵਿਚਾਰੀ ਦੇ ਬਹੁਤ ਜ਼ਿਆਦਾ ਤੰਗ ਸੀਗੀ ਵਿਚਾਰੀ ਰੋਜ਼ ਕਹਿੰਦੀ ਸੀ ਮੇਰੇ ਵਾਲਾਂ ਨੂੰ ਕੁਛ ਕਰਾ ਕੇ ਦੇ ਮੇਰੇ ਵਾਲਾਂ ਨੂੰ ਕੁਛ ਕਰਾ ਕੇ ਦੇ ਅੰਗੇਜਮੈਂਟ ਲਈ ਤਾਂ ਤੂੰ ਕਰਾਏ ਹੋਣੇ ਆ ਮੈਨੂੰ ਪਤਾ ਸੀਗਾ ਹਾਂਜੀ ਜੇ ਮੈਂ ਉਦੋਂ ਕੋ ਕਰਾਉਂਗੀ ਅੱਛਾ ਜੀ ਫਿਰ ਮੈਂ ਹੀਟ ਨਹੀਂ ਕਰ ਸਕਦੀ ਯੂਜ਼ ਬਾਰੇ ਓਹੋ ਮੈਂ ਤਾਂ ਥੋੜੀ ਪਹਿਲੀ ਜਾ ਕੇ ਲਾਂਗਾ ਨਹੀਂ ਨਹੀਂ ਇਦਾਂ ਹੀ ਆ ਦੇਖੋ ਉਧਰ ਗਲੈਮ ਬਾਈ ਗੁਰੀ ਤੇ ਭੱਜ ਕੇ ਆ ਜਾਓ ਸਾਰੇ ਜਣੇ ਹੈ ਸਾਰੇ ਜਣੇ ਭੱਜ ਕੇ ਆ ਜਾਓ ਆਪਣੇ ਕੀ ਹੁੰਦੀ ਆ ਮੈਂ ਡੀਟੌਕਸ ਕਹਿਣ ਲੱਗੇ ਬੀਟੌਕਸ ਕੀ ਸੀ ਹਾਂ ਬੋਟੌਕਸ ਬੋਟੌਕਸ ਕਰਾ ਕੇ ਚੱਲ ਜਾਓ ਸਾਰੇ ਜਣੇ ਆ ਕੇ ਟਾਈਮ ਦੀ ਕਰਾਉਣਾ ਚਾਹੁੰਦੀ ਸੀ ਹਾਂ ਪਰ ਇਹਦੇ ਹੋਇਆ ਨਹੀਂ ਸੀ ਨਾ ਪਹਿਲਾਂ ਇਹਦੇ ਵਾਲ ਖਰਾਬ ਸੀਗੇ ਹਾਂ ਡੈਮੇਜ ਵਾਲ ਸੀਗੇ ਉਹਦੇ ਕਰਕੇ ਹੋਇਆ ਨਹੀਂ ਹਾਂ ਹੁਣ ਹੁਣ ਨਹੀਂ ਸੀਗੇ ਹੁਣ ਠੀਕ ਸੀ ਨਹੀਂ ਹੁਣ ਸਹੀ ਸੀਗੇ ਚਲੋ ਬੋਟੌਕਸ ਜੋ ਕੁਝ ਵੀ ਮਰਜ਼ੀ ਕਰਾ ਸਕਦੇ ਆਫਰ ਵੀ ਚੱਲਦੀ ਕੋਈ ਕਿ ਨਹੀਂ ਹਲਕੀ ਜੀ ਤੁਹਾਡਾ ਨਾਮ ਲੈ ਕੇ ਆਉਂਗੇ ਤਾਂ ਆਪਾਂ ਆਫਰ ਦੇ ਦਵਾਂਗੇ ਕਿਹੜੀ ਦਵਾਂਗੇ ਕੋਈ ਸੋਨੇ ਦੀ ਚੈਨ ਕੋਈ ਸੋਨੇ ਦੀ ਮੁੰਦੀ ਕੋਈ ਸੋਨੇ ਦਾ ਬ੍ਰੈਸਲੇਟ ਏਦਾਂ ਨਹੀਂ ਕੋਈ ਆਪਣਾ ਦੱਸੋ ਤੁਸੀਂ ਨਵਾਂ ਬਣਵਾਉਣਾ ਨਾ ਤੁਸੀਂ ਦੱਸੋ ਫਿਰ ਵੀ ਜੇ ਕੋਈ ਸਮੂਥ ਨਹੀਂ ਕਰਾਉਗਾ ਉਹਨੂੰ ਗੋਲਡ ਦੀ ਚੈਨ ਦੋਗੇ ਤੁਹਾਡੀ ਕਿ ਗੋਲਡ ਦੀ ਰਿੰਗ ਲੈ ਦੇਖੋ ਵੀ ਇਹਦਾ ਬਿਜ਼ਨਸ ਸਕਿੱਲਸ ਹੀ ਆ ਤਾਂ ਮੈਨੂੰ ਸਾਰੀਆਂ ਪਤਾ ਆ ਜੇ ਮੇਰਾ ਹੁੰਦਾ ਦੇਖੋ ਜੇ ਮੇਰਾ ਸਲੂਨ ਹੁੰਦਾ ਮੈਂ ਸਮੂਥਨੀ ਦੇ ਨਾਲ ਹਰੇਕ ਬੰਦੇ ਨੂੰ ਇੱਕ ਰਿੰਗ ਦਿਆ ਕਰਨੀ ਸੀਗੀ ਹਰੇਕ ਬੰਦੇ ਨੂੰ ਗੋਲਡ ਦੀ ਸਮੂਥਨੀ ਕਰਨੀ ਕਿੰਨੇ ਦੀ ਸੀ 2 ਲੱਖ ਦੀ ਜੇ ਦੇਖੋ 2 ਲੱਖ ਦੀ ਕਰਾਉਂਗੇ ਫਿਰ ਮੈਂ ਸ਼ੋਰ ਇੱਕ ਰਿੰਗ ਦਵਾਂਗੀ ਪਰ ਤੁਸੀਂ ਦੇਣੀ 6 ਤੋਲਿਆਂ ਦੀ ਆ ਜੇ ਮੈਂ ਤਾਂ 1 ਤੋਲੇ ਦੀ ਦੇਂਦਾ ਉਹ ਵੀ ਚੱਲ ਜਾਣਾ ਤੁਹਾਡੀ 6 ਤੋਲੇ ਦੀ ਦੇਣੀ ਪੈਣੀ ਆ ਗੱਲ ਤੇ ਗੱਲ ਰੋਡ ਵਿੱਚ ਨਹੀਂ ਰੋਡ ਵਿੱਚ ਕਦਰ ਹੁੰਦਾ ਉਹ ਤਾਂ ਮੈਂ ਬਿਜ਼ਨਸ ਸਕਿੱਲਸ ਦੇਖਾਂ ਜੇ ਮੈਂ ਖੋਲਦਾ ਨਾ ਸਲੂਨ ਮੈਂ 1.5 ਲੱਖ ਦੀ ਮਿਠਾਈ ਦੀ ਦੁਕਾਨ ਵੀ ਖੋਲਣੀ ਸੀ ਕਰਨ ਨੂੰ ਪੁੱਛੋ ਯਾਦ ਕਹਿਣ ਮੈਂ ਗੱਡੀਆਂ ਬਾਹਰ ਖੜੀਆਂ ਕਰਨੀਆਂ ਸੀ ਬੰਦੇ ਕਿੱਥੋਂ ਲਿਆਉਣੇ ਦਾਦੇ ਕੀ ਸੀ ਦੱਸੀ ਸਕਿੱਲਸ ਵਾਲੀ ਕੀ ਕਰਨਾ ਜੇ ਮਿਠਾਈ ਦੁਕਾਨ ਖੋਲਦਾ ਮੈਂ ਨਵੀਂ ਰੋਡ ਤੇ ਸਾਰੇ ਪਿੰਡਾਂ ਜਿਹੜੇ ਵਿਹਲੇ ਇਕੱਠੇ ਗੱਲ ਕਰਨੇ ਆ ਟੇਬਲ ਸਾਰੇ ਭਰ ਦਿਆ ਕਰਨੇ ਠੀਕ ਆ ਚਾਹ ਪੀਣੀ ਬਸ ਹਾਂ ਹਾਂ ਚਲੀਏ ਬਸ ਉਹਨਾਂ ਨੂੰ 10 ਦਿਨ ਏਦਾਂ ਕਰਨਾ ਸੀ ਮੁੜ ਕੇ ਲੋਕਾਂ ਚ ਨਾ ਹੋ ਜਾਣਾ ਉੱਥੇ ਸਮਝੇ ਮੇਰੇ ਸਕਿੱਲਸ ਬਹੁਤ ਆ ਮੇਰੇ ਕੋਲ ਬਿਜ਼ਨਸ ਸਕਿੱਲ ਤੂੰ ਜਿਹੜੀ ਮਰਜ਼ੀ ਲੈ ਸਕਦੀ ਹੁਣ ਮੈਂ ਗੋਲਡ ਦੀ ਚੀਜ਼ ਦੱਸੀ ਆ ਤੁਸੀਂ ਇੱਕ ਇੱਦਾਂ ਦਾ ਕਰੋ ਸ਼ੁਰੂ ਨਵਾਂ ਜਦੋਂ ਸਮੂਥਨਿੰਗ ਹੁੰਦੀ ਸਮੂਥਿੰਗ ਨਾਲ ਇੱਕ ਗੋਲਡ ਦੀ ਚੈਨ ਦੇਣੀ ਦੇਣੀ 2 ਲੱਖ ਦੀ ਸਮੂਥਨਿੰਗ ਕਰ ਦਿਓ ਨਾਲ ਇੱਕ ਗੋਲਡ ਦੀ ਚੈਨ ਦੇ ਦਿਓ ਠੀਕ ਹੈ ਆਫਰ ਮੈਂ ਨਹੀਂ ਪੀਣਾ ਕਦੇ ਵੀ ਨਹੀਂ ਸੋ ਯੰਮੀ ਨੂੰ ਰਹਿਣ ਦੇ ਦਿਓ ਹਾਂ ਮੇਰੀ ਘਰੇ ਮੰਮੀ ਇਹ ਤਾਂ ਸੋ ਯੰਮੀ ਹੋਰ ਚਲੋ ਹੁਣ ਕਿੱਦਾਂ ਖਾ ਪੀ ਲਿਆ ਕਿ ਨਹੀਂ ਹਜੇ ਹਜੇ ਚੱਲੇ ਮੈਨੂੰ ਲੱਗਦਾ ਡੋਲੇ ਦੇਣਾ ਬੱਲੇ 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 ਫੀਲਿੰਗ ਦਾ ਇਹ ਨਾ ਘੋਆ ਬਈ ਇੱਥੇ ਜੇ ਕਿਤੇ ਕਿਰਨ ਨੂੰ ਛੱਡ ਦੇਵਾਂ ਤਾਂ ਮੈਂ ਕਹਿੰਦਾ 5-7 ਦਿਨਾਂ ਦੀ 10-12 ਕਿਲੋ ਦਾ ਭਾਰ ਵਧਾ ਦੇਣਾ ਇਹ ਨਹੀਂ ਬਹੁਤ ਖਾਂਦੇ ਪੀਂਦੇ ਆ ਵੀ ਇੱਥੇ ਜਿੰਨੀ ਵਾਰੀ ਆ ਜਾਓ ਇਹਨਾਂ ਦੇ ਮੂਹਰੇ ਕੁਛ ਨਾ ਕੁਛ ਪਿਆ ਹੀ ਹੁੰਦਾ ਕਦੇ ਮੋਮੋਸ ਲੈ ਲਓ ਕਦੇ ਨਿਊਡਲਸ ਕਦੇ ਕੁਛ ਬਸ ਕਹਿ ਦਿਓ ਵੀ ਰੰਗ ਭਾਗ ਲੱਗੇ ਹੀ ਪਏ ਆ ਸਾਰੇ ਆ ਟੇਬਲ 'ਤੇ ਔਰ ਜੇ ਤੁਸੀਂ ਹੈ ਨਾ ਸਵੀਰ ਨੂੰ ਮੈਨੂੰ ਕਿਹਾ ਪਵਨੀ ਇਹ ਕਿੱਦਾਂ ਹੋ ਜਾਂਦਾ ਤਾਂ ਆਪਣਾ ਮੂੰਹ ਦੇਖ ਲਈ ਗੱਲ ਕਰਨ ਤੋਂ ਪਹਿਲਾਂ ਇੱਕ ਵਾਰੀ ਸ਼ੀਸ਼ੇ 'ਚ ਮੁੜ ਕੇ ਆਪਾਂ ਚੇਂਜ ਕਰ ਦੇਣਾ ਉਹਨੂੰ ਇੱਦਾਂ ਲੈਣਾ ਵੀ ਡੈਂਟ ਜਿੱਦਾਂ ਪਿਆ ਨਹੀਂ ਹੁੰਦਾ ਤਾਂ ਗੱਡੀ 'ਤੇ ਡੈਂਟ ਪੈਣ ਦਾ ਡੈਂਟ ਕਢਾਉਣ ਚਾਹੀਦਾ ਫਿਰ ਆਪਾਂ ਨੂੰ ਇੱਦਾਂ ਦਾ ਬੰਦਾ ਕੋਈ ਲੱਭਣਾ ਪੈਣਾ ਉਹ ਤੋਂ ਬਾਅਦ ਸਮਝੀ ਹੋਰ ਚਲੀਏ ਵਧਾ ਦਿਓ ਫਿਰ ਸਲੂਨ ਅਤੇ ਬਾਕੀ ਫਿਰ ਦੱਸ ਦਿੰਦੇ ਗੁਲਾਬ ਬਾਈ ਗੁਰੀ ਇੱਥੇ ਆਓ ਅਤੇ ਆਪਣਾ ਜਿਹੜਾ ਵੀ ਤੁਸੀਂ ਕੋਈ ਪੈਕੇਜ ਪੂਕੇਜ ਲੈਣਾ ਲੈ ਲਓ ਇਹ ਟੂਰਿਸਟ ਪੈਕੇਜ ਵੀ ਦਿੰਦੇ ਤੁਸੀਂ ਬਾਹਰ ਘੁੰਮਣ ਜਾਣਾ ਤਾਂ ਨਹੀਂ ਨਹੀਂ ਇੱਦਾਂ ਹੀ ਆ ਮਤਲਬ ਇਹ ਸਾਲ ਬਾਅਦ ਇਹਨਾਂ ਨੇ ਹੁਣ
ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਜਿੰਨੇ ਨਾ ਕੋਈ ਅੱਜ ਤੋਂ ਦੇਖੋ ਪਲੈਨ ਤੁਹਾਨੂੰ ਦੱਸਦਾ, ਜਨਵਰੀ ਦੇ ਇੱਕ ਤਰੀਕ ਤੋਂ ਲੈ ਕੇ ਮੋਰਲੀ ਜਨਵਰੀ ਦੇ ਮੋਰਲੀ ਜਿਹੜਾ 2025 ਆਉਣਾ ਉਹ ਤੱਕ ਇਹਨਾਂ ਜਿਹੜੇ ਵੀ ਕਸਟਮਰ ਆਏ ਉਹਨਾਂ 'ਚ ਇੱਕ ਸਪੈਸ਼ਲ ਕਸਟਮਰ ਇਹਨੇ ਕੱਢ ਕੇ ਨਾ ਉਹਨਾਂ ਨੂੰ ਗੋਆ ਟ੍ਰਿਪ ਦੇਣਾ, ਸ਼ਰਤ ਲਾ ਲਓ ਮੈਨੂੰ। ਸੱਚੀ ਕਹਿੰਦਾ, ਵਾਸ਼ਿੰਗ ਮਸ਼ੀਨ ਆ ਨੀ, ਮਜ਼ਾਕ ਨਹੀਂ ਕਰਦਾ। ਉਹਦੇ ਵਿੱਚ ਤੁਸੀਂ ਜਿਹੜਾ ਤੁਹਾਡਾ ਫੇਵਰੇਟ ਹੋਇਆ ਕਸਟਮਰ ਆਫਰ ਹੀ ਰੱਖ ਲਓ, ਤੁਸੀਂ ਲਾ ਵੀ ਸਕਦੇ ਹੋ ਜਿੱਦਾਂ ਕਿ ਨਹੀਂ ਨਹੀਂ ਕੋਈ ਵੀ ਇਹ ਤੋਂ ਬਿਨਾਂ ਨਹੀਂ, ਇਹਨੂੰ ਸਾਈਡ 'ਤੇ ਕੱਢੋ, ਇਹ ਤੋਂ ਸਾਈਡ 'ਤੇ ਕੱਢ ਦਿਓ। ਮੇਰੀ ਗੱਲ ਸੁਣੋ, ਮਤਲਬ ਕੋਈ ਫੇਵਰੇਟ ਕਸਟਮਰ ਤੁਹਾਡਾ ਹੋ ਜਿਹੜਾ ਵਧੀਆ ਸਾਰਿਆਂ ਨੂੰ ਲੱਗੋ ਤੁਹਾਨੂੰ ਪੂਰੇ ਸਾਲ 'ਚ, ਉਹਨੂੰ ਇੱਕ 3 ਦਿਨਾਂ ਤੁਸੀਂ ਪੈਕੇਜ ਦੇਣਾ, ਉਹ 'ਚ ਤੁਹਾਨੂੰ ਹੋਟਲ ਤੁਸੀਂ ਲੈ ਕੇ ਦੇਣਾ, ਉਹਨੂੰ ਡਿਲੀਵਰੀ ਅਤੇ ਉਹਨੂੰ ਖਾਣ ਪੀਣ ਦਾ, 3 ਦਿਨਾਂ ਦਾ ਤੁਸੀਂ ਟੂਰ ਦੇਣਾ, ਠੀਕ ਆ? ਓਕੇ, ਮਨਜ਼ੂਰ ਆ? ਗੋਆ ਉਹ ਯਾਰ ਇਹ ਤਾਂ ਵਧੀਆ ਚੀਜ਼ ਆ, ਮਤਲਬ ਇਹ ਦੇਖੋ ਤੁਹਾਡੇ ਲਈ ਕਿੰਨੇ ਕਸਟਮਰ ਆਊਗੇ, ਸਾਨੂੰ ਵੀ ਗੋਆ ਟ੍ਰਿਪ ਮਿਲ ਜੂ, ਸਾਨੂੰ ਵੀ ਮਿਲ ਜੂ, ਉਹ ਲੱਕੀ ਹੋਣਾ ਕੋਈ। ਹਾਂ, ਪਰਚੀ ਨਹੀਂ ਪਾਉਣੀ, ਉਹ ਤੁਸੀਂ ਆਪ ਹੀ ਗੈਸ ਕਰਨਾ, ਜਾਂ ਮੈਂ ਪਰਚੀ ਕੱਢੂੰਗਾ ਵਾਲੀ, ਠੀਕ ਆ? ਸਾਰੀਆਂ ਪਰਚੀਆਂ ਮੈਨੂੰ ਦੇ ਦਿਓ, ਇੱਕ ਪਰਚੀ ਵਿੱਚੋਂ ਕੱਢਾਂਗੇ ਕਸਟਮਰ ਦੀ, ਦੇਖਦੇ ਕਿਹੜੀ ਮਿਲਦਾ, ਅਤੇ ਉਹ ਤੋਂ ਬਾਅਦ 'ਚ ਆਸਟ੍ਰੇਲੀਆ ਟ੍ਰਿਪ, ਅਤੇ ਉਹ ਤੋਂ ਬਾਅਦ 'ਚ ਫਿਰ ਕੈਨੇਡਾ ਟ੍ਰਿਪ, ਫਿਰ ਕੈਨੇਡਾ ਟ੍ਰਿਪ, ਸਾਰੇ ਟ੍ਰਿਪ ਇਹਨਾਂ ਨੇ ਦੇਣੇ, ਅਤੇ ਸਾਰੀਆਂ ਕੰਟਰੀਆਂ ਤੁਸੀਂ ਘੁੰਮ ਸਕਦੇ ਆ ਏ ਟੂ ਜੈਡ, ਠੀਕ ਆ? ਚਲੋ ਚਲੀਏ, ਹੁਣ ਕਿ ਰੁਕਣਾ ਅਜੇ? ਲਓ ਜੀ, ਇੱਦਾਂ ਕਿਤੇ ਕਿਰਨ ਰੁਕਦੀ ਹੈ, ਕਿਰਨ ਗੱਲਾਂ ਹੀ ਵੱਖਰੀਆਂ ਕਰ ਦਿੰਦੀ ਹੈ ਬਾਈ ਬੰਨੇ। ਹਾਂਜੀ, ਗਲੈਨ ਬਾਈ ਗੁਰੀ ਸਲੂਨ, ਇਹ ਕਿੱਥੋਂ ਚੱਲਣਾ, ਇਹ ਕਿੱਥੋਂ ਚੱਲਣਾ, ਓਕੇ, ਹਾਂ ਆਹ ਲਿਖੋ ਲਿਖਿਆ ਇੱਥੇ ਗਲੈਨ ਬਾਈ ਗੁਰੀ ਨਾਮ, ਤੁਹਾਡਾ ਲੋਕੇਸ਼ਨ ਹੈਗੀ ਹੈ ਉੱਥੇ ਇੰਟਰਨੈਟ 'ਤੇ ਨਿਕਲਦੀ ਆ, ਸਾਡੇ ਬੁਟੀਕ ਦੀ ਮਾੜੀ ਜੀ ਕਢਾ ਦਿਓ ਕਿਸੇ ਕੋਲੋਂ, ਸਾਡੇ ਬੁਟੀਕ ਦੀ ਲਿਖੀ, ਮੈਂ ਵੀ ਆਪੇ ਪਾਈ ਸੀ, ਪਰ ਇਹਨਾਂ ਦੀ ਗਲਤ ਲੋਕੇਸ਼ਨ ਸ਼ੋ ਹੋ ਜਾਂਦੀ ਕਹਿੰਦੇ। ਚਲੋ ਉਹ ਆਪਣਾ ਦੇਖ ਲਈ, ਹਾਂ ਉਹ ਬਾਬਾ ਉਧਰ ਬਾਬਾ ਦੇਖ ਲਾ, ਲਾਈਟਾਂ ਦੀ ਲੋੜ ਹੀ ਨਹੀਂ ਪੈਂਦੀ, ਇੰਨਾ ਰੰਗ ਚਮਕ ਜਾਂਦਾ ਫੇਸ਼ੀਅਲ ਕਰਾ ਕੇ, ਸਾਰਾ ਕੁਝ ਬੰਦ ਕਰ ਦੋ, ਉਹਦਾ ਕੈਮਰੇ ਨੂੰ ਘੱਟ ਦੇਖਦੇ, ਤਾਂ ਊਂ ਤੁਹਾਨੂੰ ਪਤਾ ਹੀ ਹੈ ਗੱਲਬਾਤ ਆਪਣੀ। ਚਲੀਏ ਹੁਣ ਕਿ ਰੁਕਣਾ, ਟਾਈਮ ਕਿੰਨਾ ਹੋ ਗਿਆ, ਦੇਖੀ ਮਾੜਾ ਜਿਹਾ ਆ ਤਾਂ ਮੇਰੇ ਵਾਲਾਂ ਦਾ ਕਲਰ ਥੋੜਾ ਜਿਹਾ ਹੁਣ ਦੂਜਾ ਹੋ ਗਿਆ, ਕਲਰ ਤਾਂ ਨਹੀਂ ਕਰਾ ਲਿਆ ਮੇਰੇ ਮਗਰੋਂ, ਬੋਟੌਕਸ ਕਰਾਇਆ, ਤੈਨੂੰ ਮੈਂ ਦੱਸੇ ਜਾਣਾ, ਮੈਂ ਤੈਨੂੰ ਆ ਦੇਖੀ ਤਾਂ ਸੀ, ਇਹ ਕੁਝ ਹੋਰ ਹੋਇਆ, ਆ ਦੇਖੋ ਨਾ ਰਾਈ, ਆ ਦੇਖੀ ਫਿਰ ਪਹਿਲਾਂ ਮੇਰੀ ਫੋਟੋ ਦਿਖਾ, ਕਲਰ ਦੇ ਪਹਿਲਾਂ ਕਿਹੜਾ ਹੋ ਗਿਆ ਸੀ, ਆ ਫਿੱਕੇ ਜਿਹਾ ਹੋ ਗਿਆ, ਆ ਦੇ ਆ ਕਲਰ ਹੋ ਗਿਆ, ਮਿੱਟੀ ਰੰਗੇ ਹੋ ਗਏ, ਮਿੱਟੀ ਰੰਗੇ, ਆ ਦੇਖ ਮੈਨੂੰ ਕਿੰਨਾ ਪਤਾ ਲੱਗਦਾ, ਕਿਉਂਕਿ ਪ੍ਰੋਡਕਟ ਸੀ ਵਾਲਾਂ ਦੇ, ਉਹ ਦਿਖਾਈ ਪਹਿਲਾਂ ਮੇਰੀ ਫੋਟੋ, ਆ ਦੇ ਯਾਰ ਹੁਣ ਇਧਰ ਫੇਸ਼ੀਅਲ ਕਰਾਉਂਦੇ ਹੋਏ, ਕੋਲ ਲਿਆ ਮੈਂ ਆਪਣਾ, ਆਪਣਾ ਕਦ ਲੈ ਕੋਲ ਲਿਆ, ਇਦਾਂ ਵੀ ਜਦੋਂ ਫੇਸ਼ੀਅਲ ਕਰਾਈਦਾ ਪੂਰੀ ਦੁਨੀਆ 'ਚ ਰੌਲਾ ਪਾਈਦਾ ਵੀ ਫੇਸ਼ੀਅਲ ਕਰਾਇਆ ਆ, ਇੱਦਾਂ ਵੀ ਫੇਸ਼ੀਅਲ ਦੇ ਪੈਸੇ ਵਸੂਲ ਹੋ ਜਾਂਦੇ ਸਾਡੇ ਸਾਰੇ ਜਿੰਨੇ ਕੁ ਲਾਏ ਹੁੰਦੇ ਆ, ਉਹ 'ਚ ਕਮੈਂਟ ਆ ਜਾਣੇ ਆ ਸਾਰਿਆਂ ਦੇ ਵੀ ਹਾਂ ਬਹੁਤ ਸੋਹਣਾ ਲੱਗਦਾ, ਫਿਰ ਮੇਰੇ ਮਤਲਬ ਮਨ ਨੂੰ ਇੱਛਾ ਹੋ ਜਾਂਦੀ ਵੀ ਕੋਈ ਨਹੀਂ ਇੰਨੇ ਪੈਸੇ ਲਾ ਵੀ ਦਿੱਤੇ ਤਾਂ ਕੋਈ ਚੱਕਰ ਨਹੀਂ, ਇੱਦਾਂ ਇੱਦਾਂ ਮਤਲਬ ਛੇੜਦਾ ਆ, ਡੇਢ ਸਾਲ ਸਾਲ ਬਾਅਦ ਕਿਤੇ ਫੇਸ਼ੀਅਲ ਕਰਾਇਆ, ਉਹ ਵੀ ਵਿਆਹ ਕਰਾ ਗਿਆ, ਆਪਾਂ ਤਾਂ ਲੋੜ ਹੀ ਨਹੀਂ ਪੈਂਦੀ ਫੇਸ਼ੀਅਲਾਂ ਦੀ, ਸਾਡੇ ਇੱਕੋ ਹੀ ਬਹੁਤ ਆ ਫੇਸ਼, ਬਸ ਆਹ ਕਹਿ ਸਕਦੇ ਬਥੇਰੇ, ਤੂੰ ਤਾਂ ਛੱਡ ਦੇ ਗੱਲਾਂ ਕਰਨ, ਤੂੰ ਤਾਂ ਬਥੇਰੇ ਕਰਨੇ, ਤੁਸੀਂ ਤਾਂ ਯਾਰ ਟੋਬੇ ਦਾ ਗਵਾਹ ਡੱਡੂ, ਤੁਸੀਂ ਸੁਣੀਓ ਕਹਾਵਤ, ਉਹ ਤੁਹਾਡੇ ਤੇ ਬਿਲਕੁਲ ਫਿੱਟ ਬੈਠਦੀ ਆ, ਤੂੰ ਟੋਬਾ ਆ, ਆ ਦੇਖ ਆ ਤੂੰ, ਐ ਤੂੰ ਟੋਬਾ ਐ ਡੱਡੂ ਆ, ਮੈਂ ਇੱਦਾਂ ਨੀ ਕਿਹਾ ਜੀ, ਇੱਦਾਂ ਨੀ ਮੈਂ ਕਿਹਾ, ਉਹਦੇ ਉਹ ਤੇਰੀ ਨੀ, ਮੈਂ ਕੁਛ ਵੀ ਕਿਹਾ, ਮੈਂ ਕਿਹਾ ਉਹਦੇ ਪਰੀ, ਮੈਂ ਕਿਹਾ ਉਹਦੇ ਪਰੀ, ਜੋ ਤੁਸੀਂ ਖਾਣਾ ਹੋਇਆ ਇੱਦਾਂ ਕਰਿਓ, ਇੱਕ 2500 ਰੁਪਏ ਦਾ ਸਮੋਸਾ ਆਉਂਦਾ ਆ, ਤੁਸੀਂ ਉਹ ਇੱਕ 2500 ਰੁਪਏ ਦਾ ਸਮੋਸਾ, ਇੱਕ ਮਿੰਟ, ਇੱਕ 2500 ਰੁਪਏ ਦਾ ਸਮੋਸਾ ਆਉਂਦਾ, ਤੁਸੀਂ ਆ ਕੇ ਉਹ ਕਹਿਣਾ ਤੁਹਾਨੂੰ 2500 ਰੁਪਏ ਦਾ ਸਮੋਸਾ ਮੰਗਾ ਕੇ ਦਿਓ, ਨਾ ਇਹਨਾਂ ਤੋਂ ਮੰਗਾ ਹੋਣਾ ਆ, ਤੇ ਕਰਨ ਵਾਲੀ ਜਿਹੜੀ ਸ਼ਰਤ ਹੈ ਝੂਠੀ ਹੋ ਜਾਣੀ ਆ, ਠੀਕ ਹੈ? 10,000 ਦੀ ਸਰਵਿਸ ਦੇ 250 ਸਮੋਸਾ ਦਓਗੇ? ਲਿਓ 10,000 ਰੁਪਏ ਕੱਢ ਕੇ ਹੁਣੇ।
2500 ਦਾ ਸਮੋਸਾ ਤੂੰ ਮੰਗਾ ਕੇ ਦਿਖਾਓ ਕਿੱਥੇ ਆ ਯਾਰ, ਤੈਨੂੰ ਹਰ ਜਗ੍ਹਾ ਫੋਟੋ ਦਿਖਾਉਣ ਆ ਜਾਂਦੀ, ਕੱਲ੍ਹ ਲਹਿੰਗੇ ਲੈਣ ਗਏ ਉੱਥੇ ਫੋਟੋ ਖਿੱਚੀ, ਆ ਜਾਓ ਇੱਥੇ ਫੋਟੋ ਖਿੱਚੀ, ਸਾਰਾ ਦਿਨ ਫੋਟੋਆਂ ਖਿੱਚੀ ਜਾਈਏ। ਉਹ ਚੱਲ ਆ ਗਿਆ ਬਹੁਤ ਹਨੇਰਾ ਹੋਇਆ, ਚੱਲੀਏ ਹੁਣ। ਹੋਰ ਆਹ ਕਿਆ ਕਰਾ ਲਿਆ ਬਾਲਾਂ ਨੂੰ, ਸਤਰੰਗੀ ਜੀ ਲੱਗਦੀ ਆ। ਉਹ ਹੱਥ ਲੱਗਿਆ ਹੱਥ ਲੱਗਿਆ ਹੱਥ ਲੱਗਿਆ, ਉਹ ਤਾਂ ਹੱਥ ਚੋਂ ਨਿਕਲ ਜਾਂਦੇ ਕਹਿੰਦਾ, ਇਹ ਤਾਂ ਹੱਥ ਚੋਂ ਜਮਾ ਜਾਈ ਜਾਂਦੇ, ਉਹ ਤਾਂ ਹੱਥ ਚੋਂ ਨਿਕਲ ਜਾਂਦੇ, ਇੰਨੇ ਸਮੂਥ ਨਹੀਂ ਲੈ, ਇੰਨੇ ਸਮੂਥ ਨਹੀਂ ਚਾਹੀਦੇ ਸੀਗੇ ਸਾਨੂੰ। ਦੇਖੀ ਕੋਈ ਐਵੇਂ ਪੈਰ ਥੱਲੇ ਆ ਗਿਆ ਤਾਂ ਕੋਈ ਡਿੱਗੇ ਨਾ ਪਵੇ। ਹੋਰ ਉਹ ਚੱਲ ਆ ਜਾ ਵੱਡੀ ਤੂੰ ਸੈਲਫੀ ਕੁਬੀਨ। ਹੋਰ ਆਹ ਕੀ ਚੱਕ ਲਿਆ ਸਮਾਨ ਜਿਹਾ, ਆਹ ਬੈਗ ਤੁਸੀਂ ਕਿੱਥੋਂ ਬਣਾਇਆ ਸੀ ਵੀ ਲੈਣੇ, ਓਰੋ ਬਾਈਟ ਹੁਣ ਵੀ ਕੀ ਚੱਕਿਆ ਖਾਣ ਨੂੰ, ਕਿਆ ਯਾਰ ਕਿੱਧਰ ਸਜਾਤੇ ਆ ਜੇ ਲੋਕ, ਉਹ ਵਿਚਾਰੇ ਵਧਾਉਣ ਨੂੰ ਬੈਠੇ ਕਰਨਾ ਜਾ। ਚਲੀਏ ਹੁਣ ਫੋਟੋ ਖਿਚਾਉਣੀ ਪੈਣੀ, ਇੱਕ ਤਾਂ ਇੱਦਾਂ ਹੀ ਆ ਮੇਰੇ ਮਗਰ ਮਗਰ ਰਹਿੰਦੀ ਸਾਰੀ ਤੁਹਾਡੀ ਫੋਟੋ ਵੀ ਚੱਲਾ। ਉਹ ਆ ਕੀ ਲਾਤਾ ਚੰਦਰਮੇ ਜੇ ਉੱਪਰ ਸਿਰ ਤੇ, ਜਿਹੜਾ ਵੀ ਇਹਨੂੰ ਚਲਾਉਂਦਾ ਨਾ ਉਹ ਪੈਰਾਂ ਨਾਲ ਯੂਜ਼ ਕਰਦਾ ਹੈ, ਉਹ ਕੁਛ ਨਾ ਕੁਛ ਜ਼ਿੰਦਗੀ ਚ ਬਣੇ ਨਾ ਬਣੇ ਪਰੀ ਭਰਾ ਜ਼ਰੂਰ ਬਣ ਜਾਂਦਾ ਜਿਹੜਾ ਇਹਦੇ ਕੋਈ ਚਲਾਉਂਦਾ। ਤੇ ਬਾਕੀ ਹੈ ਨਾ ਦੀਦਾ ਸਲੋਨ ਹੈਗਾ ਆ, ਉਹ ਬੱਸ ਸਟੈਂਡ, ਆ ਕਾਟਨ ਫੀਲਡਸ, ਇਹਦੇ ਨਾਲ ਹੀ ਗ੍ਰੀਨ ਟਾਵਰ, ਆ ਦੀਦਾ ਸਲੋਨ ਹੈ, ਉਹ ਨੰਬਰ ਹੈ ਉੱਪਰ, ਕੁਛ ਵੀ ਪੁੱਛਣਾ ਹੋਇਆ ਪੁੱਛ ਸਕਦੇ ਹੋ ਤੁਸੀਂ। ਤੇ ਬੋਟੌਕਸ ਕਰਾਇਆ ਮੈਂ, ਬਹੁਤ ਘੈਂਟ ਰਿਜ਼ਲਟ ਸੱਚੀ, ਦੀ ਨੇ ਆਪਣੇ ਵਾਲਾਂ 'ਤੇ ਵੀ ਕੀਤਾ ਵਾ ਸੱਚ, ਤੁਸੀਂ ਇੱਥੇ ਵੀ ਚੈੱਕ ਕਰ ਸਕਦੇ ਹੋ, ਬਹੁਤ ਸੋਹਣਾ ਲੱਗਦਾ। ਹੁਣ ਅਸੀਂ ਜੱਲੇ ਆ ਤੇ ਗੁੰਦੇ ਖਾਂਦੀ ਘੱਟ ਆ ਤੇ ਪੈਕ ਉਹ ਤੋਂ ਜਿਆਦਾ ਕਰ ਲੈਂਦੀ ਆ, ਕਮਾਲ ਦੀ ਛੇ ਪੀਸ ਖਾਧੇ ਨੇ, ਮਤਲਬ ਛੇ ਪੀਸ ਖਾਧੇ ਨੇ, ਇੱਕ ਦੇਖ ਰਿਹਾ ਇੱਥੇ ਤਿੰਨ ਆ ਤੇ ਦੋ ਨਾਨ ਵੱਡੇ ਖਾਧੇ, ਪਤਾ ਮੇਰੇ ਹਿਸਾਬ ਨਾਲ ਕਿੰਨੇ ਖਾਧੇ ਹੋ, ਡਬਲ ਕਰਕੇ ਦੱਸ ਦੇ, ਡੇਢ, ਤੈਨੂੰ ਹਿਸਾਬ ਵੀ ਲਾਉਣਾ ਉਹਦਾ, ਤਿੰਨ ਹੋਏ, ਦੋ ਬਣਦੇ ਉਹ ਹਿਸਾਬ ਨਾਲ, ਤੇ ਤੂੰ ਡਬਲ ਦੱਸਨੇ ਨਾ, ਜੇ ਛੇ ਮੈਂ ਦੱਸੇ ਨਾ ਦੋ ਬਣਦੇ ਉਹਦੇ, ਯਾਰ ਮੈਂ ਤਾਂ ਤਿੰਨ ਖਾਧੇ ਨਾ, ਮੈਂ ਤਾਂ ਮਤਲਬ ਇਹ 9 ਪੀਸ ਖਾਧੇ ਆ, ਉਹ ਹਿਸਾਬ ਸੁਣਾ ਦੇ ਦੀ ਵੀ ਤਿੰਨ ਖਾਧੇ ਆ। ਚਲੋ ਹਾਂਜੀ, ਕੀ ਹਾਲ ਚਾਲ ਆ ਪ੍ਰਧਾਨ, ਤੇ ਲਓ ਜੀ ਆਹ ਵਾਲਾ ਵਲੌਗ ਆਪਾਂ ਇੱਥੇ ਐਂਡ ਕਰਦੇ ਆ, ਤੇ ਇੱਕ ਕਮੈਂਟ ਅੱਜ ਜ਼ਰੂਰ ਕਰਨਾ, ਹਰ ਕਿਸੇ ਨੇ ਆਪਣੀ ਆਪਣੀ ਚੁਆਇਸ ਦਾ ਨਾ ਇੱਕ ਇੱਕ ਕਾਰਡ ਜਿਹੜੇ ਆਪਾਂ ਵਿੱਚ ਦਿਖਾ ਲਏ, ਥੋੜ੍ਹੇ ਜਿਹੇ ਜ਼ਰੂਰ ਦੱਸਿਓ ਤਿੰਨਾਂ ਚਾਰਾਂ ਕਾਰਡਾਂ ਦੇ ਵਿੱਚੋਂ ਕਿਹੜਾ ਕਾਰਡ ਬੈਸਟ ਆ, ਸੋ ਦੇਖਦੇ ਹਾਂ ਕਿਹੜੇ ਕਾਰਡ ਦੇ ਜ਼ਿਆਦਾ ਕਮੈਂਟ ਆ, ਠੀਕ ਆ, ਅਤੇ ਫਿਰ ਦੇਖਦੇ ਹਾਂ ਕਿਹੜਾ ਕਾਰਡ ਲੈਣਾ ਆ, ਬਸ ਇਹ ਕਰਿਓ ਜ਼ਰੂਰ ਕਮੈਂਟ ਦੇਖ ਕੇ। ਉਹ ਜਿਹੜੇ 3-4 ਕਾਰਡ ਆਪਾਂ ਦੇਖੇ ਸੀ ਨਾ, ਇੱਕ ਬਲੂ ਸੀ, ਪਿੰਕ ਸੀ, ਇੱਕ ਹੋਰ ਕਲਰ ਜਿਹਾ ਆ, ਸੋ ਇੱਦਾਂ ਕਲਰਾਂ ਦੇ ਵਿੱਚੋਂ ਕਿਹੜਾ ਕਲਰ ਬੈਸਟ ਆ ਅਤੇ ਕਿਹੜਾ ਕਾਰਡ ਤੁਹਾਨੂੰ ਸੋਹਣਾ ਲੱਗਾ ਸਾਰਿਆਂ ਨੂੰ, ਠੀਕ ਆ, ਕਮੈਂਟ ਕਰਿਓ ਆਪਣੀ ਆਪਣੀ ਚੁਆਇਸ ਦਾ, ਠੀਕ ਆ। ਚਲੋ ਅਤੇ ਬਾਕੀ ਆਹ ਵਾਲਾ ਵਲੌਗ ਇੱਥੇ ਐਂਡ ਕਰਦੇ ਹਾਂ, ਅਤੇ ਤੁਹਾਨੂੰ ਮਿਲਦੇ ਹੁਣ ਆਪਾਂ ਅਗਲੇ ਵਲੌਗ 'ਚ। ਜੇ ਵਲੌਗ ਵਧੀਆ ਲੱਗਿਆ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ, ਅਤੇ ਵੀਡੀਓ ਨੂੰ ਲਾਈਕ ਕਰ ਦਿਓ, ਸੋਹਣਾ ਜਿਹਾ ਕਮੈਂਟ ਜ਼ਰੂਰ ਕਰਿਓ। ਚੰਗਾ ਜੀ, ਬਾਏ ਬਾਏ।